ਸਤਿ ਸ਼੍ਰੀ ਅਕਾਲ ਦੋਸਤੋ, ਸਾਡਾ ਟੀ ਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਵੱਡੀ ਖਬਰ ਲੈ ਕੇ। ਹੁਣੇ ਹੁਣੇ ਕਿਸਾਨਾਂ ਨੂੰ ਮਾਲੋਮਾਲ ਕਰਨ ਵਾਲੀ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਮੇਰਠ ਵਿੱਚ ਸਥਿਤ ਸਰਦਾਰ ਵੱਲਭ ਭਾਈ ਪਟੇਲ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਇੱਕ ਖੋਜ ਕੀਤੀ ਗਈ ਹੈ ਅਤੇ ਉਸ ਦੇ ਆਧਾਰ 'ਤੇ ਹੀ ਫਸਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੂਜੀਆਂ ਫਸਲਾਂ ਦੇ ਮੁਕਾਬਲੇ ਵਧੇਰੇ ਝਾੜ ਦੇਣ ਵਾਲੀ ਹੈ ਇਹ ਫਸਲ। ਵਿਗਿਆਨੀਆਂ ਵੱਲੋਂ ਇਹ ਫਸਲ ਬਾਸਮਤੀ ਦੀ ਅਜਿਹੀ ਕਿਸਮ ਤਿਆਰ ਕੀਤੀ ਗਈ ਹੈ ਜੋ ਉਤਪਾਦਕਾਂ ਨੂੰ ਮਾਲੋਮਾਲ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਝੋਨੇ ਦੀ ਇਹ ਨਵੀਂ ਕਿਸਮ ਪੂਰੀ ਪੂਸਾ ਬਾਸਮਤੀ ਇੱਕ ਲਗਭਗ 15 ਤੋਂ 20 ਦਿਨ ਪਹਿਲਾਂ ਪੱਕਣ ਤੋਂ ਬਾਅਦ ਤਿਆਰ ਹੋ ਜਾਂਦੀ ਹੈ। ਇਸ ਨੂੰ ਬਣਾਉਣ ਵਾਲੇ ਵਿਗਿਆਨਿਕਾਂ ਦੇ ਅਨੁਸਾਰ ਇਸ ਕਿਸਮ ਦੀ ਝਾੜ ਦੀ ਸਮਰੱਥਾ ਪ੍ਰਤੀ ਹੈਕਟੇਅਰ ਵਿੱਚ 63 ਕੁਇੰਟਲ ਤੱਕ ਪਾਈ ਗਈ ਹੈ। ਨਗੀਨਾ ਵੱਲਭ ਬਾਸਮਤੀ ਪੂਸਾ ਬਾਸਮਤੀ 1 ਨਾਲੋਂ 39% ਅਤੇ ਇਸ ਸਮੇਂ ਕਿਸਾਨਾਂ ਦੁਆਰਾ ਬੀਜੀਆਂ ਗਈਆਂ 123% ਵਧੇਰੇ ਝਾੜ ਦੇਵੇਗੀ। ਨਗੀਨਾ ਰਿਸਰਚ ਸੈਂਟਰ ਵਿੱਚ ਵਿਕਸਿਤ ਹੋਣ ਕਾਰਨ ਇਸ ਕਿਸਮ ਨੂੰ ਯੂਨੀਵਰਸਿਟੀ ਨੇ ਨਗੀਨਾ ਵੱਲਭ ਬਾਸਮਤੀ 1 ਦਾ ਨਾਮ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਲਦ ਇਸ ਬਾਰੇ ਨੋਟੀਫਿਕੇਸ਼ਨ ਮਿਲ ਜਾਵੇਗੀ। ਬਾਸਮਤੀ ਝੋਨੇ ਦੀ ਨਵੀਂ ਕਿਸਮ ਖੇਤੀਬਾੜੀ ਯੂਨੀਵਰਸਿਟੀ ਦੇ ਨਗੀਨਾ ਰਿਸਰਚ ਸੈਂਟਰ ਵਿੱਚ ਤਿਆਰ ਕੀਤੀ ਗਈ ਹੈ। ਇਸ ਖਬਰ ਦੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਹੋ ਜਿਹੀਆਂ ਹੋਰ ਖਬਰਾਂ ਦੇ ਲਈ ਸਾਡਾ ਟੀ ਵੀ USA ਨਾਲ ਬਣੇ।